ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟਰਬਨ ਕਿੰਗ ਜਸਕਰਨਦੀਪ ਸਿੰਘ ਯੂਟਿਊਬ ਚੈਨਲ। ਜਿੰਨੇ ਵੀ ਵੀਡੀਓ ਦੇਖ ਰਹੇ ਨੇ, ਆਪ ਸਭ ਦਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਜੋ ਆਪਾਂ ਵੀਡੀਓ ਲੈ ਕੇ ਆਏ ਹਾਂ ਜੀ, ਇਹਦੇ ਵਿੱਚ ਦੱਸਾਂਗੇ ਪਹਿਲਾਂ ਤਾਂ ਲਾਸਟ ਲਾਈਟ ਜਦੋਂ ਆਪਾਂ ਗਲਤ ਲਗਾ ਲੈਂਦੇ ਹਾਂ ਉਹ ਕਿਹੜਾ ਤਰੀਕਾ ਹੋ ਸਕਦਾ ਉਹਨੂੰ ਸੈੱਟ ਕਰਨ ਦਾ। ਸਿੰਪਲੀ ਜਦੋਂ ਆਪਾਂ ਖਿੱਚ ਕੇ ਲਾਈਟ ਲਗਾਉਣਾ, ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਗਲਤ ਤਰੀਕਾ, ਤੋਂ ਪਹਿਲਾਂ ਲਾਈਟ ਨੂੰ ਆਪਾਂ ਸੈਂਟਰ 'ਚੋਂ ਲਿਆਉਣਾ, ਉੱਪਰਲੇ ਪਾਸੇ ਉਹਨੂੰ ਖਿੱਚਣਾ ਹੈ ਅਤੇ ਵਿੱਚ ਨੂੰ ਫੋਲਡ ਕਰਕੇ ਮੋਟਾ ਕਰ ਲੈਣਾ ਹੈ। ਅੱਧੀ ਅੱਖ ਅਤੇ ਅੱਧੀ ਗੱਲ ਢੱਕ ਕੇ ਲਗਾ ਲੈਣਾ ਹੈ। ਉਸ ਤੋਂ ਬਾਅਦ ਅਗਲਾ ਲੜ ਪਹਿਲੇ ਲੜ ਦੇ ਬਿਲਕੁਲ ਉੱਪਰ ਲੈ ਕੇ ਆਉਣਾ ਹੈ। ਉਸਨੂੰ ਦੂਰੀ ਵਾਰ ਮੋੜ ਕੇ ਸਾਫ ਕਰਕੇ ਲਗਾ ਦੇਣਾ ਹੈ। ਇਹ ਵੀਡੀਓ ਜੀ ਆਪਾਂ ਤਾਂ ਲੈ ਕੇ ਆਏ ਹਾਂ ਕਿਉਂਕਿ ਜੋ ਪਟਿਆਲਾ ਸੀ ਪੱਗ ਦੇ ਵਿੱਚ ਕਾਫੀ ਤੁਸੀਂ ਵੀਡੀਓ ਦੇਖੀਆਂ ਨੇ, ਬੰਨਣ ਦਾ ਸਟਾਈਲ ਤਕਰੀਬਨ ਹਰ ਇੱਕ ਦੀ ਸ਼ੇਪ ਅਲੱਗ ਅਲੱਗ ਹੋਣ ਕਰਕੇ ਕੋਈ ਨਵੀਂ ਵੀਡੀਓ ਲੈ ਕੇ ਆਈਏ ਨਵੀਂ ਸ਼ੇਪ ਦੀ, ਮਤਲਬ ਤੁਹਾਨੂੰ ਵੀਡੀਓ ਦੇ ਟਿਪਸ ਦੱਸੀਏ। ਸੋ ਇਹ ਨਵੀਂ ਸ਼ੇਪ ਦੇ ਵਿੱਚ ਇਹ ਵੀਰ ਦੀ ਜੋ ਆਪਾਂ ਵੀਡੀਓ ਆ ਆਪਣੇ ਵੀਰੇ ਦੀ ਅਪਲੋਡ ਕੀਤੀ ਆਪਾਂ। ਜਿੰਨੇ ਵੀਰਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਨਾਲ ਜੋ ਰੈੱਡ ਕਲਰ ਦਾ ਬੈਲ ਆਈਕਨ ਆ ਉਹ ਜ਼ਰੂਰ ਦਬਾ ਦਿਓ ਤਾਂ ਜੋ ਵੀਡੀਓ ਦੇ ਵਿੱਚ ਜੋ ਨਵੇਂ ਅਪਡੇਟ ਨੇ, ਜੋ ਤੁਸੀਂ ਚੈਨਲ ਦੇ ਉੱਤੇ ਨਵੀਂ ਵੀਡੀਓ ਪਾਉਂਦੇ ਹਾਂ ਉਹ ਤੁਹਾਨੂੰ ਅਪਡੇਟ ਦੀ ਜੋ ਨੋਟੀਫਿਕੇਸ਼ਨ ਆ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ। ਅਤੇ ਕੋਈ ਵੀ ਤੁਹਾਡੇ ਟਰਬਨ ਨਾਲ ਰਿਲੇਟਡ ਕੋਈ ਤੁਸੀਂ ਟਟੋਰੀਅਲ ਆ ਜੋ ਉਹ ਮਿਸ ਨਾ ਕਰੋ। ਸੋ ਨਾਲ ਦੀ ਨਾਲ ਸਬਸਕ੍ਰਾਈਬ ਕਰਨ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ। ਉਸ ਤੋਂ ਬਾਅਦ ਜੋ ਅਗਲਾ ਚੌਥਾ ਲੜ ਲਗਾਉਣਾ ਹੈ, ਜੋ ਤੀਸਰਾ ਲੜ ਲਗਾ ਉਹਦੇ ਬਿਲਕੁਲ ਉੱਪਰ ਲੈ ਕੇ ਮੋੜ ਦੇਣਾ ਹੈ। ਸਭ ਤੋਂ ਪਹਿਲਾਂ ਜਦੋਂ ਲੜ ਉੱਪਰ ਰੱਖਣਾ ਹੈ ਪੇਚਾਂ ਦੇ ਵਿੱਚ ਗੈਪ ਆ ਉਹ ਘੱਟ ਰੱਖਣਾ, ਨਾਲ ਦੀ ਨਾਲ ਬਾਜ ਫੇਰ ਕੇ ਜੋ ਪੇਚਾਂ ਦਾ ਗੈਪ ਆ ਉਹ ਤੁਸੀਂ ਸਹੀ ਕਰਦੇ ਜਾਣਾ ਹੈ। ਇੱਕ ਧਾਰ ਦੇ ਵਿੱਚ ਜੋ ਪੇਚਾਂ ਦਾ ਡਿਜ਼ਾਇਨ ਉਹ ਬਣ ਜਾਂਦਾ ਜਦੋਂ ਆਪਾਂ ਨਾਲ ਦੀ ਨਾਲ ਜੋ ਬਾਜ ਫੇਰਦੇ ਹਾਂ। ਕੋਸ਼ਿਸ਼ ਕਰਿਆ ਕਰੋ ਕੋਈ ਵੀ ਪੱਗ ਬੰਨਦੇ ਹਾਂ ਉਹਦੇ ਵਿੱਚ ਅੰਮ੍ਰਿਤਸਰ ਸ਼ਾਹੀ ਹੋ ਗਈ, ਇੱਕ ਤੋਂ ਦੋ ਤਿੰਨ ਚਾਰ ਪੰਜ ਜਿੰਨੇ ਲੜ ਬਣਾਉਂਦੇ ਹੋ, ਸਿੰਪਲ ਮੋਰਨੀ ਪਟਿਆਲਾ ਜੋ ਵੀ ਸਟਾਈਲ ਬੰਨਦੇ ਹੋ ਉਹਦੇ ਵਿੱਚ ਜੋ ਬਾਜ ਆ ਉਹ ਨਾਲ ਦੀ ਨਾਲ ਹੀ ਫੇਰਿਆ ਕਰੋ। ਉੱਪਰਲੀਆਂ ਜੋ ਟਰਨਾਂ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਬਾਜ ਉਹ ਨਾਲ ਦੀ ਨਾਲ ਫੇਰ ਸਕਦੇ ਹੋ, ਨਾਲ ਦੀ ਨਾਲ ਜੋ ਸਫਾਈ ਆ ਜਾਂਦੀ ਆ ਬਾਅਦ ਦੇ ਵਿੱਚ ਤੁਹਾਨੂੰ ਸਫਾਈ ਕਰਨ ਦੀ ਲੋੜ ਨਹੀਂ ਪੈਂਦੀ। ਉਸ ਤੋਂ ਬਾਅਦ ਅਗਲਾ ਲੜ ਇੱਕ ਵਾਰ ਅੰਗੂਠੇ ਦੀ ਮਦਦ ਦੇ ਨਾਲ ਮੋੜ ਕੇ ਉਹਦੇ ਉੱਪਰ ਰੱਖ ਲੈਣਾ ਹੈ, ਦੂਰੀ ਵਾਰ ਉਂਗਲੀ ਅਤੇ ਅੰਗੂਠੇ ਦੋਨਾਂ ਦੀ ਮਦਦ ਨਾਲ ਮੋੜਨਾ ਹੈ। ਬਿਲਕੁਲ
ਚੌਥੇ ਲੜ ਦੇ ਆਪਾਂ ਉੱਪਰ ਲੜ ਨੂੰ ਰੱਖ ਲੈਣਾ ਹੈ। ਬਾਅਦ ਦੇ ਵਿੱਚ ਆਪਾਂ ਬਾਜ ਦੇ ਨਾਲ ਉਹਨੂੰ ਮੋੜ ਕੇ, ਜਿੱਦਾਂ ਤੁਸੀਂ ਦੇਖ ਸਕਦੇ ਹੋ, ਪਹਿਲਾਂ ਆਪਾਂ ਲੜ ਸਿੰਪਲੀ ਉਹਦੇ ਉੱਪਰ ਰੱਖਿਆ ਸੀ ਬਾਜ ਨਾਲ ਉਹਨੂੰ, ਜਦੋਂ ਆਪਾਂ ਗਲਾਈ ਦੇ ਵਿੱਚ ਬਾਜ ਫੇਰਿਆ ਉਹਦਾ ਗੈਪ ਤਾਂ ਇੱਕੋ ਜਿਹਾ ਹੋ ਗਿਆ, ਦੂਜੇ ਉਹਦੇ ਵਿੱਚ ਸਫਾਈ ਆ ਗਈ। ਜਿਹਨਾਂ ਵੀਰਾਂ ਨੂੰ ਪੇਚਾਂ ਦੇ ਵਿੱਚ ਗੈਪ ਇੱਕੋ ਜਿਹਾ ਮੈਨੇਜ ਨਹੀਂ ਹੁੰਦਾ, ਤੁਸੀਂ ਇਸ ਤਰੀਕੇ ਦੇ ਨਾਲ ਪੇਚਾਂ ਦਾ ਗੈਪ ਇੱਕੋ ਜਿਹਾ ਕਰ ਸਕਦੇ ਹੋ। ਸਭ ਤੋਂ ਪਹਿਲਾਂ ਸਿੰਪਲੀ ਇੱਕ ਰਫ ਜਿਹਾ ਪੇਚ ਤੁਸੀਂ ਰੱਖ ਲਿਆ ਕਰੋ, ਨਾਲ ਦੀ ਨਾਲ ਬਾਜ ਨਾਲ ਉਹਦਾ ਗੈਪ ਇੱਕੋ ਜਿਹਾ, ਉਹਦੀ ਸਫਾਈ ਇੱਕੋ ਜਿਹੀ ਤੁਸੀਂ ਉਹ ਕਰ ਸਕਦੇ ਹੋ। ਅਗਲਾ ਲੜ ਜੋ ਲਗਾਉਣਾ ਫਿਰ ਬੈਕ ਸਾਈਡ ਤੋਂ ਹਲਕਾ ਜਿਹਾ ਹੋਲਡ ਕਰਕੇ ਅਗਲੇ ਲੜਾਂ ਦੇ ਬਿਲਕੁਲ ਉੱਪਰ ਰੱਖ ਲੈਣਾ ਹੈ, ਹੱਥ ਦੇ ਨਾਲ ਉਹਨੂੰ ਮੋੜ ਕੇ ਨੀਚੇ ਵੱਲ ਲੈ ਆਉਣਾ ਹੈ, ਅੱਗੇ ਲਿਆ ਕੇ ਇੱਕ ਵਾਰ ਅੰਗੂਠੇ ਦੀ ਮਦਦ ਦੇ ਨਾਲ ਲੜ ਨੂੰ ਮੋੜਨਾ ਹੈ। ਦੂਸਰੀ ਵਾਰ ਜਦੋਂ ਲੜ ਨੂੰ ਮੋੜਨਾ ਉਂਗਲੀ ਅਤੇ ਅੰਗੂਠੇ ਦੋਨਾਂ ਦੀ ਮਦਦ ਨਾਲ, ਕਹਿਣ ਤੋਂ ਭਾਵ ਕਿ ਨੀਚਿਓਂ ਜਦੋਂ ਮੋੜਦੇ ਹਾਂ ਉਸ ਤੋਂ ਬਾਅਦ ਅਗਲਾ ਸਟੈਪ ਉੱਪਰਲੇ ਪਾਸਿਓਂ ਮੋੜਨ ਦਾ ਹੁੰਦਾ ਹੈ। ਇੱਕ ਹੀ ਵਾਰ 'ਚ ਤੁਸੀਂ ਜੋ ਉੱਪਰ ਅਤੇ ਥੱਲੇ ਦੋਨਾਂ ਪਾਸਿਆਂ ਨੂੰ ਮੋੜ ਕੇ ਪਹਿਲੀ ਵਾਰ 'ਚ ਨਹੀਂ ਸੱਟ ਆ ਸਕਦਾ, ਸੋ ਇੱਕ ਵਾਰ ਅੰਗੂਠੇ ਨਾਲ ਆਪਾਂ ਉਹਨੂੰ ਸਿੰਪਲ ਰੱਖਣਾ, ਫਿਰ ਉਸ ਤੋਂ ਬਾਅਦ ਦੂਸਰੇ ਉਂਗਲੀ ਅਤੇ ਅੰਗੂਠੇ ਦੀ ਮਦਦ ਦੇ ਨਾਲ ਉਹਨੂੰ ਆਪਾਂ ਮੋੜਨਾ ਹੈ। ਫਿਰ ਉਸੇ ਤਰੀਕੇ ਦੇ ਨਾਲ ਲੜ ਨੂੰ ਹਲਕਾ ਜਿਹਾ ਉੱਪਰ ਵੱਲ ਰੱਖ ਲੈਣਾ ਹੈ, ਬਾਜ ਦੀ ਮਦਦ ਦੇ ਨਾਲ ਲੜ ਨੂੰ ਆਪਾਂ ਮੋੜ ਕੇ ਉਹ ਜੋ ਪੇਚਾਂ ਦਾ ਗੈਪ ਹੈਗਾ ਉਹ ਸਹੀ ਕਰ ਦੇਣਾ ਹੈ। ਜਿੱਦਾਂ ਤੁਸੀਂ ਦੇਖ ਸਕਦੇ ਹੋ ਜੋ ਪੇਚਾਂ ਦੀ ਸਫਾਈ ਆ ਨਾਲ ਦੀ ਨਾਲ ਹੀ ਆਪਾਂ ਕਰ ਲਈ, ਆਪਾਂ ਨੂੰ ਬਹੁਤ ਜ਼ਿਆਦਾ ਆਸਾਨੀ ਹੋ ਗਈ ਆ, ਪੱਗ ਦੀ ਸ਼ੇਪ 'ਤੇ ਬਹੁਤ ਅਸਰ ਪੈਂਦਾ ਇਹਦੇ 'ਤੇ। ਬਾਅਦ ਦੇ ਵਿੱਚੋਂ ਵੀ ਜਿੱਥੇ ਕਿਤੇ ਕਿਸੇ ਪੇਚ ਦੇ ਵਿੱਚ ਵਲ ਰਹਿ ਗਿਆ ਉਹ ਆਪਾਂ ਨਾਲ ਦੀ ਨਾਲ ਕੀ ਆ ਉਹਨੂੰ ਆਪਾਂ ਸਾਫ਼ ਕਰੀ ਜਾਣਾ ਹੈ। ਕੰਨ ਤੋਂ ਉੱਪਰ ਅਤੇ ਪਿਛਲੀ ਸਾਈਡ ਨੂੰ ਆਪਾਂ ਫਰੰਟ ਮਿਰਰ ਦੇ ਵਿੱਚ ਆਪਾਂ ਨਹੀਂ ਦੇਖ ਪਾਉਂਦਾ, ਜਿਹਦੇ ਪੇਚਾਂ 'ਚ ਵਲ ਰਹਿ ਜਾਂਦੇ ਆ ਉਹਨਾਂ ਨੂੰ ਸਾਫ਼ ਕਰਨ ਦੇ ਲਈ ਅਲੱਗ ਤੋਂ ਡਬਲ ਸ਼ੀਸ਼ੇ ਦੀ ਮਦਦ ਲੈ ਸਕਦੇ ਹੋ। ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਇਹਦੇ ਵਿੱਚ ਜੋ ਲਾਸਟ ਲੜ ਸੀ ਉਹ ਆਪਣਾ ਵੱਧ ਗਿਆ, ਜਦੋਂ ਆਪਾਂ ਕਿਤੇ ਜਾਣਾ ਹੁੰਦਾ ਮੋਸਟਲੀ ਆਪਣਾ ਪੱਗ ਦਾ ਲੜ ਵੱਧ ਜਾਂ ਘੱਟ ਜਾਂਦਾ, ਜਦੋਂ ਲੜ ਪੱਗ ਦਾ ਵੱਧ ਜਾਂਦਾ ਆ ਕਾਫ਼ੀ ਪਰੇਸ਼ਾਨੀ ਆਉਂਦੀ ਆ, ਆਪਾਂ ਲਾ ਕੇ ਦੁਬਾਰਾ ਬੰਨ੍ਹਦੇ ਹਾਂ ਦੂਜੀ ਵਾਰ ਨਹੀਂ ਸੱਟ ਆਉਂਦਾ, ਤਾਂ ਆਪਾਂ ਲਾਸਟ ਲੜ ਨੂੰ ਕੀ ਕਰ ਸਕਦੇ ਹਾਂ ਬੈਕ ਸਾਈਡ ਤੋਂ ਉਹਨੂੰ ਮੂੰਹ ਵਾਲਾ ਜੋ ਲੜ ਹੈ ਉਹ ਲਗਾਉਣ ਤੋਂ ਪਹਿਲਾਂ ਜੋ ਆਪਾਂ ਪੰਜਵਾਂ ਲੜ ਲਗਾਇਆ ਸੀ ਉਹਦੇ ਵੱਲ ਨੂੰ ਉਹਦੇ ਵਿੱਚ ਦੀ ਆਪਾਂ ਕੱਢ ਕੇ ਲੜ ਨੂੰ ਉੱਪਰ ਵੱਲ ਵਿੱਚ ਦੇ ਦੇਣਾ ਹੈ, ਅਤੇ ਆਪਣਾ ਜੋ ਲਾਸਟ ਲੜ ਹੈ ਉਹ ਛੋਟਾ ਹੋ ਜਾਣਾ ਹੈ, ਉਹਦੇ ਉੱਤੇ ਦੀ ਆਪਾਂ ਨਾਲ ਦੀ ਨਾਲ ਮੂੰਹ ਵਾਲਾ ਜੋ ਲੜ ਹੈ ਉਹ ਲਗਾ ਕੇ ਰੱਖਣਾ ਹੈ, ਤਾਂ ਜੋ ਕੀ ਆ ਜੋ ਆਪਾਂ ਲੜ ਵਿੱਚ ਦਿੱਤਾ ਹੈ ਉਹਨੂੰ ਕਸ ਪਿਆ ਰਹੇ। ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆਪਣਾ ਲਾਸਟ ਲੜ ਬਿਲਕੁਲ ਜਿੰਨਾ ਆਪਾਂ ਚਾਹੀਦਾ ਉਨਾ ਹੋ ਗਿਆ ਹੈ। ਉਸ ਤੋਂ ਬਾਅਦ ਲਾਸਟ ਲੜ ਲਗਾਉਣ ਲਈ ਆਪਾਂ ਸੈਂਟਰ 'ਚ ਜਿੱਥੇ ਪੱਗ ਪਿੰਨ ਲਗਾਇਆ ਉਹਦੇ ਬਿਲਕੁਲ ਨੀਚੇ ਲੈ ਕੇ ਲੜ ਨੂੰ ਹਲਕਾ ਜਿਹਾ ਮੋੜ ਕੇ ਲਗਾ ਦੇਣਾ ਹੈ।
ਪਟਿਆਲਾ ਸ਼ਾਹੀ ਜਾਂ ਸੈਮੀ ਪਟਿਆਲਾ ਸ਼ਾਹੀ ਜਦੋਂ ਪੱਗ ਬੰਨਦੇ ਹਾਂ, ਪੱਗ ਦਾ ਜੋ ਸੈਂਟਰ ਵਾਲਾ ਪਾਰਟ ਹੁੰਦਾ ਜਿੱਥੇ ਆਪਾਂ ਸਾਰੇ ਲੜ ਮੋੜ ਕੇ ਲਗਾਉਂਦੇ ਹਾਂ, ਉਹਦੀ ਚੜ੍ਹਾਈ ਘੱਟ ਤੋਂ ਘੱਟ 1.5 ਇੰਚ ਜਾਂ ਤੋਂ ਥੋੜ੍ਹੀ ਜਿਹੀ ਵੱਧ ਰੱਖਿਆ ਕਰੋ, ਤਾਂ ਜੋ ਜੇਕਰ ਥੋੜ੍ਹੀ ਪੱਗ ਛੋਟੀ ਵੀ ਆ, ਜੋ ਪੱਗ ਦੀ ਨੋਕ ਆ ਥੋੜ੍ਹੀ ਚੜ੍ਹਾਈ 'ਚ ਰਹੇਗੀ, ਗਲਾਈ 'ਚ ਪੱਗ ਰਹੇਗੀ, ਜ਼ਿਆਦਾ ਛੋਟੀ ਨਹੀਂ ਲੱਗੇਗੀ। ਜਿੱਦਾਂ ਤੁਸੀਂ ਦੇਖ ਸਕਦੇ ਹੋ, ਆਪਾਂ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸੋਹਣੀ ਜੋ ਪੱਗ ਹੈ ਬੰਨ੍ਹੀ ਹੈ ਵੀਰੇ ਨੇ। ਉਸ ਤੋਂ ਬਾਅਦ ਜਦੋਂ ਆਪਾਂ ਸਿਰ ਢੱਕਣਾ ਹੈ, ਜੋ ਆਪਣਾ ਸਭ ਤੋਂ ਪਹਿਲਾ ਲੜ ਹੈ, ਉਹਨੂੰ ਉੱਪਰ ਵੱਲ ਖਿੱਚ ਕੇ ਚੰਗੀ ਤਰ੍ਹਾਂ ਦੋਨਾਂ ਸਾਈਡਾਂ ਦੇ ਅੰਦਰ ਵੱਲ ਨੂੰ ਫੋਲਡ ਕਰ ਦੇਣਾ ਹੈ। ਬਾਜ ਦੀ ਮਦਦ ਦੇ ਨਾਲ ਉਹਨੂੰ ਆਪਾਂ ਇੱਕ ਪਾਸੇ ਤੋਂ ਸਟਾਰਟ ਕਰ ਸਕਦੇ ਹਾਂ, ਪਹਿਲਾਂ ਲੈਫਟ ਪਾਸਾ ਢੱਕ ਲਿਆ, ਫਿਰ ਰਾਈਟ ਪਾਸਾ, ਜਾਂ ਪਹਿਲਾਂ ਰਾਈਟ ਫਿਰ ਲੈਫਟ, ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਢੱਕ ਕੇ ਆਪਾਂ ਜੋ ਆਪਣਾ ਸਿਰ ਆ ਉਹ ਕਵਰ ਕਰ ਦੇਣਾ ਹੈ। ਸਿੰਪਲ ਹੱਥਾਂ ਦੀ ਮਦਦ ਨਾਲ ਵੀ ਆਪਾਂ ਜੋ ਆਪਣਾ ਸਿਰ ਆ ਉਹ ਕਵਰ ਕਰ ਦੇ ਸਕਦੇ ਹਾਂ। ਹੱਥਾਂ ਦੇ ਨਾਲ ਜੋ ਦੱਬਾਂਗੇ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਆਪਣਾ ਲੜ ਕਿੱਥੋਂ ਸਿਰ ਢੱਕਿਆ ਜਾਂ ਕਿੱਥੋਂ ਬਾਕੀ ਰਹਿ ਗਿਆ ਹੈ। ਪੱਗ ਦਾ ਜੋ ਆਪਾਂ ਕੱਪੜਾ ਵਰਤਿਆ, ਇਹਦੇ ਵਿੱਚ ਫੁੱਲ ਵੈਲ ਦਾ ਜੋ ਕੱਪੜਾ ਵਰਤਿਆ ਗਿਆ, ਬਾਅਦ ਦੇ ਵਿੱਚੋਂ ਪਿੱਛਾਂ ਨੂੰ ਹਲਕਾ ਹਲਕਾ ਆਪਾਂ ਪਿੰਚ ਕਰਦੇ ਜਾਣਾ ਹੈ। ਇਹਦੇ ਨਾਲ ਹੀ ਆ ਜੋ ਪੱਗ ਦੀ ਪੇਚ ਨੇ ਉਹ 3D ਹੋ ਜਾਂਦੇ ਆ। ਜਿੱਥੇ ਕਿਤੇ ਕੋਈ ਪਤਲਾ ਮੋਟਾ ਲੜ ਲੱਗ ਜਾਂਦਾ ਜਾਂ ਸਫਾਈ ਕਿਸੇ 'ਚ ਨਹੀਂ ਹੋ ਪਾਉਂਦੀ, ਉਹ ਜੋ ਗੈਪ ਇੱਕੋ ਜਿਹਾ ਹੋ ਜਾਂਦਾ, ਪੇਚ ਦੇਖਣ ਨੂੰ ਹੋਰ ਜ਼ਿਆਦਾ ਸੋਹਣੇ ਬਣ ਜਾਂਦੇ ਆ। ਉੱਪਰਲਿਆਂ ਜੋ ਟਰਨਾਂ ਨੇ ਉਹਨਾਂ ਨੂੰ ਵੀ ਤੁਸੀਂ ਹਲਕਾ ਹਲਕਾ ਪਿੰਚ ਕਰਕੇ ਸਹੀ ਕਰ ਸਕਦੇ ਹੋ। ਉਮੀਦ ਆ ਜੀ ਤੁਹਾਨੂੰ ਵੀਡੀਓ ਆ ਉਹ ਪਸੰਦ ਆਈ ਹੋਵੇਗੀ। ਜਲਦੀ ਨਵੀਂ ਵੀਡੀਓ ਲੈ ਕੇ ਆਪਾਂ ਸਾਡੇ ਚੈਨਲ ਦੇ ਉੱਤੇ ਆਵਾਂਗੇ। ਉਨਾ ਟਾਈਮ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਟਰਬਨ ਕਿੰਗ ਜਸਕਰਨੀ ਸਿੰਘ ਯੂਟਿਊਬ ਚੈਨਲ। ਕਾਫੀ ਜੋ ਸਟਾਈਲ ਦੀ ਵੀਡੀਓ ਲਗਭਗ ਅਸੀਂ ਅਪਲੋਡ ਕੀਤੀਆਂ ਹੋਈਆਂ ਨੇ। ਇਸ ਤੋਂ ਇਲਾਵਾ ਸਾਡਾ ਇੱਕ ਹੋਰ ਚੈਨਲ ਆ ਦਸਤਾਰ ਕੋਚ, ਤੁਸੀਂ ਉਹ ਸਰਚ ਕਰਕੇ ਜਿਹੜੀਆਂ ਵੀਡੀਓ ਇਹ ਚੈਨਲ 'ਤੇ ਨਹੀਂ ਤੁਹਾਨੂੰ ਲੱਭਦੀਆਂ ਉਹ ਚੈਨਲ ਤੁਸੀਂ ਦੇਖ ਸਕਦੇ ਹੋ। ਇੱਕ ਸਾਡਾ ਨਵਾਂ ਚੈਨਲ ਟਰਬਨ ਲਵਰ, ਉਹਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਜਦੋਂ ਸਬਸਕ੍ਰਾਈਬ ਕਰ ਦਿਓ ਨਾਲ ਦੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ। ਬੈਲ ਆਈਕਨ ਦਬਾਉਣ ਨਾਲ ਹੀ ਤੁਹਾਨੂੰ ਜਿੱਦਾਂ ਪਹਿਲਾਂ ਦੱਸ ਕੇ ਹਟਿਆ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹਿੰਦੀ ਆ, ਅਤੇ ਨਵੇਂ ਜੋ ਟਿਊਟੋਰੀਅਲ ਅਸੀਂ ਟਰਬਨ ਰਿਲੇਟਡ ਲੈ ਕੇ ਆਉਂਦੇ ਹਾਂ, ਉਹਨਾਂ ਬਾਰੇ ਤੁਹਾਨੂੰ ਜੋ ਪਤਾ ਲੱਗਦਾ ਰਹਿੰਦਾ। ਬਾਕੀ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਇਹਦੇ, ਤੁਸੀਂ ਇਹਨਾਂ ਨੂੰ ਲਾਈਕ ਕਰ ਸਕਦੇ ਹੋ। ਵੀਡੀਓ ਪ੍ਰਤੀ ਜੋ ਵਿਚਾਰ ਕਿਸੇ ਨਵੀਂ ਵੀਡੀਓ ਲਈ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ, ਤਾਂ ਜੋ ਜਿੰਨਾਂ ਵੀਰਾਂ ਨੂੰ ਵੀਡੀਓ ਦੀ ਲੋੜ ਹੋ ਸਕੇ, ਉਹਨਾਂ ਦੀ ਪੱਗ ਦੇ ਵਿੱਚ ਇੰਪਰੂਵਮੈਂਟ ਆ ਸਕੇ, ਤੁਹਾਡੇ ਇੱਕ ਸ਼ੇਅਰ ਨਾਲ ਉਹਨਾਂ ਤੱਕ ਵੀਡੀਓ ਪਹੁੰਚ ਸਕਦੀ ਆ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।